ਛਾਤੀ ਨਾਲ ਲਾ ਕੇ ਤੇ ਪੁੱਤਰ ਦਾ ਕਿਤਾਬ ਦਿੱਤਾ ਰੰਗਰੇਟੇ ਗੁਰੂ ਕੇ بیٹے ਸੋ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਭਾਈ ਜੈਤਾ ਜੀ ਜਦੋਂ ਤੁਸੀਂ ਦਿੱਲੀ ਗਏ ਸੋ ਜਾਂ ਸਤਗੁਰੂ ਜੀ ਦਾ ਅਸੀਸ ਉਠਾਇਆ ਉਦੋਂ ਮਾਹੌਲ ਕੀ ਸੀ ਕਹਿੰਦਾ ਸੱਚੇ ਪਾਤਸ਼ਾਹ ਮਾਹੌਲ ਦਾ ਨਾ ਪੁੱਛੋ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਮੁਸਲਮਾਨ ਜਰਨੈਲਾਂ ਨੇ ਐਨਾਉਂਸ ਕੀਤੀ ਸੀ ਕਿ ਜਿਹੜਾ ਵੀ ਗੁਰੂ ਤੇਗ ਬਹਾਦਰ ਜੀ ਦੇ ਨੇੜੇ ਆਇਆ ਡਰ ਚੱਕਿਆ ਜਾਂ ਉਹਨਾਂ ਦਾ ਸੀਸ ਉਠਾਇਆ ਤੇ ਉਸ ਦੀਆਂ ਕੋਲਾਨਾਥ ਕੀਤੀਆਂ ਜਾਣਗੀਆਂ ਉਹਦਾ ਖਾਤਮਾ ਕੀਤਾ ਜਾਵੇਗਾ ਤੇ ਇਸ ਕਰਕੇ ਕੋਈ ਵੀ ਸਿੱਖ ਲਾਗੇ ਨਹੀਂ ਸੀ ਗਿਆ ਡਰਦਾ ਕਿ ਆਰਗ ਦੇ ਦੀਆਂ ਫੌਜਾਂ ਜਿਹੜੀਆਂ ਨੇ ਉਹ ਸਾਨੂੰ ਖਤਮ ਕਰ ਦੇਣਗੀਆਂ ਜਿਸਰੇ ਸਾਈਕੂਲ ਕਲਕੀ ਤਰਪਾਚਾ ਨੇ ਭਾਈ ਜੈਤਾ ਜੀ ਦੇ ਕੋਲੋਂ ਇਹ ਵਿਚਾਰ ਸਰਵਣ ਕੀਤੇ ਪੁੱਛਿਆ ਤੇ ਦੱਸਿਆ ਭਾਈ ਜੈਤਾ ਜੀ ਨੇ ਤੇ ਸਾਈਕੂਲ ਕਲਕੀ ਤਰਪਾਚਾ ਕਹਿੰਦੇ ਨੇ ਵੀ ਜੇ ਔਰੰਗਜ਼ੇਬ ਇਹ ਗੱਲ ਕਹਿੰਦਾ ਹੈ ਕਿ ਮੈਂ ਦੋ ਧਰਮਾਂ ਤੋਂ ਇੱਕੋ ਧਰਮ ਕਰਨਾ ਤੇ ਅਸੀਂ ਇਹ ਅੱਜ ਤੋਂ ਪਰਨ ਕਰਦੇ ਹਾਂ ਕਿ ਅਸੀਂ ਦੋ ਧਰਮਾਂ ਤੋਂ ਤਿੰਨ ਧਰਮ ਕਰਵਾਵਾਂਗੇ ਤੀਜਾ ਧਰਮ ਪੈਦਾ ਇਹੋ ਜਿਹਾ ਕਰਾਂਗੇ ਕਿ ਜਿਹੜਾ ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਘਰੋਤਾ ਮੇਰਾ ਸਿੰਘ ਪਛਾਣਿਆ ਨਹੀਂ ਜਾਵੇਗਾ ਤੇ ਉਹ ਸਿੱਖ ਦੀ ਦਿੱਖ ਅਨੋਖੀ ਹੋਵੇਗੀ ਉਹ ਸਿੱਖ ਅਨੋਖਾ ਹੀ ਦੇਸੇਗਾ ਹੋਰ ਨਾਲ ਲੋਕਾਂ ਦੇ ਨਾਲੋਂ ਸੋ ਸਾਹਿਬਗੁਰੂ ਕਰ ਕੀਹਤਾਰ ਪਾਤਸ਼ਾਹ ਜੀ ਨੇ ਮਨਚ ਵਿਚਾਰ ਕੀਤਾ ਕਿ ਖਾਲਸਾ ਪੰਥ ਸਾਜਣਾ ਜਿਹੜਾ ਪੰਥ ਇਹੋ ਜਿਹਾ ਹੋਵੇ ਗਊ ਗਰੀਬ ਦੀ ਰੱਖਿਆ ਕਰੇ ਨ ਤਾਂ ਨੇ ਨੂੰ ਤਾਣ ਦੇਵੇ ਦੁਖੀਆਂ ਦਾ ਦੁੱਖ ਨਿਵਰਤ ਕਰੇ ਗਊ ਗਰੀਬ ਦੀ ਰੱਖਿਆ ਕਰੇ ਧੀਆਂ ਪਰਾਂ ਦੀ ਰੱਖਿਆ ਕਰੇ ਇਹੋ ਜਿਹਾ ਸਿੱਖ ਪੰਥ ਅਸੀਂ ਪੈਦਾ ਕਰਾਂਗੇ ਸਾਈਂਪੁਰ ਕਲਕੀਤਾਰ ਪਾਤਸ਼ਾਹ ਜੀ ਨੇ 16 ਸੋ ਨਨ੍ਹੇ ਨਨ੍ਹੇ ਦੀ ਬਸਾਖੀ ਦਾ ਦਿਨ ਜਿਹੜਾ ਦਿਨ ਸੀ ਇਹਨੂੰ ਵਿਚਾਰ ਅਧੀਨ ਲਿਆਂਦਾ ਮਨ 'ਚ ਵਿਚਾਰ ਕੀਤਾ ਕਿ 1699 ਦੀ ਵਿਸਾਖੀ ਵਾਲੇ ਦਿਨ ਸੁਗਨਾੰਦ ਵਾਲੇ ਦਿਨ ਅਸੀਂ ਸਿੱਖ ਪੰਥ ਦੀ ਸਾਜਨਾ ਕਰਾਂਗੇ ਉਹਨਾਂ ਨੇ ਵਿਚਾਰ ਕਰਕੇ ਪੱਤਰ ਲਿਖੇ ਖੱਤ ਲਿਖੇ ਚਿੱਠੀਆਂ ਲਖੀਆਂ ਹਲਕਾਰੇ ਭੇਜੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਇਹ ਸਨਾਹ ਪਹਚਾਏ ਕਿ 1699 ਵਿਸਾਖੀ ਵਾਲੇ ਦਿਨ ਸਾਈਂ ਗੁਰ ਕਲਕੀਤਾਰ ਪਾਤਸ਼ਾਹ ਜੀ ਨੇ ਹਰ ਜੀਵ ਨੂੰ ਇਹ ਹੁਕਮ ਕੀਤਾ ਕਿ ਸਾਰੀਆਂ ਸੰਗਤਾਂ ਅਨੰਦਪੁਰ ਸਾਹਿਬ ਖੇ ਪਹੁੰਚਣ ਤੇ ਸਾਰੀਆਂ ਸੰਗਤਾਂ ਦਾ ਇਕੱਠ ਹੋਵੇ ਸਾਰੀਆਂ ਸੰਗਤਾਂ ਰਲ ਕੇ ਇਹ ਸੰਗਰਾਮ ਦਾ ਮੇਲਾ ਜਿਹੜਾ ਇਹ ਸਾਰੀਆਂ ਸੰਗਤਾਂ ਮਨਾਉਣ ਸਾਈਂ ਗੁਰ ਕਲਕੀਤਾਰ ਪਾਤਸ਼ਾਹ ਜੀ ਦੇ ਪਰਵਾਨਾ ਉਹਨਾਂ ਦਾ ਹੁਕਮ ਉਹਨਾਂ ਦੇ ਸਨੇਹ ਜਿਸ ਲੋਕਾਂ ਨੇ ਸੁਨੇਹੇ ਪੰਥ ਨੇ ਸੁਣੇ ਸੰਗਤਾਂ ਨੇ ਸੁਣੇ ਤਾਂ ਉਹ ਅਨੰਦਪੁਰ ਨੂੰ ਵੀ ਰਾ ਘੱਟ ਕੇ ਤੁਰ ਪਏ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ 1600 ਨੂੰ ਨਵੇਂ ਦੀ ਵਿਸਾਖੀ ਵਾਲੇ ਦਿਨ 80 ਹਜ਼ਾਰ ਸੰਗਤਾਂ ਪਹੁੰਚੀਆਂ ਸਨ 80 ਹਜ਼ਾਰ ਦਾ ਇਕੱਠ ਹੋਇਆ ਸੈਗੁਰ ਕੁਲਕਰ ਕੀ ਤਾਰਪਾ ਸਾਹਿਬ ਜੀ ਦੇ ਹੁਕਮ ਮੁਤਾਬਕ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਇਹ ਆਪ ਜੀ ਨੂੰ ਪਤਾ ਹੈ ਕਿ ਸਾਇਬ ਗੁਰ ਕਲਕੀਤਾ ਪਾਤਸ਼ਾਹ ਜੀ ਨੇ ਠੰਡੇ ਬਾਟੇ ਦਾ ਤਿਆਰ ਅੰਮ੍ਰਿਤ ਤਿਆਰ ਕੀਤਾ ਪਤਾਸਿਆਂ ਦਾ ਪ੍ਰਸ਼ਾਦ ਵਿੱਚ ਪਾਇਆ ਅੰਮ੍ਰਿਤ ਤਿਆਰ ਕਰਕੇ ਤੇ ਕੱਲੇ-ਕੱਲੇ ਸਿੰਘ ਨੂੰ ਆਵਾਜ਼ ਦਿੱਤੀ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਮੁਖ ਸਿੰਘ ਜੀ ਸਾਇਬ ਸਿੰਘ ਜੀ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਤੇ ਪੰਜਾਂ ਪਿਆਰਿਆਂ ਦੇ ਅੱਗੇ ਸਾਇਕੁਲਕਰਕੀ ਤਰਪਾਚਾ ਜੀ ਨੇ ਨਿਮਾਣੇ ਹੋ ਕੇ ਬੇਨਤੀ ਕੀਤੀ ਤੇ ਸਿੰਘੋ ਤੁਸੀਂ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲੇ ਬਣ ਗਏ ਹੋ ਹੁਣ ਜੇ ਤੁਸੀਂ ਮੈਨੂੰ ਅੰਮ੍ਰਿਤ ਛਕਾਓ ਤੇ ਮੈਂ ਵੀ ਸਿੰਘ ਸੱਜ ਜਾਵਾਂ ਤੇ ਸਾਇਕੁਲਕਰਕੀ ਤਰਪਾਚਾ ਜੀ ਨੂੰ ਪੰਜਾਂ ਪਿਆਰੇ ਨੇ ਇਹ ਗੱਲ ਕਹੀ ਕਿ ਸੱਚੇ ਪਾਤਸ਼ਾਹ ਅਸੀਂ ਕੁਰਬਾਨੀਆਂ ਦੇ ਕੇ ਸਿਰ ਦੇ ਕੇ ਤੇ ਅਸੀਂ ਇਹ ਅੰਮ੍ਰਿਤ ਦੀ ਦਾਤ ਆਪ ਜੀ ਦੇ ਕੋਲੋਂ ਪ੍ਰਾਪਤ ਕੀਤੀ ਹੈ ਤੇ ਤੁਸੀਂ ਸਾਨੂੰ ਕੀ ਬਖਸ਼ਿਸ਼ ਕਰੋਗੇ ਜੋੜਨੇ ਕਿਹਾ ਕਿ ਮੈਂ ਸਰਬੰਸਦਾਨ ਕਰ ਦੇਵਾਂਗਾ ਸੋ ਸਹਿਪੁਰ ਕਲਕੀਤੌਰ ਪਾਤਸ਼ਾਹੀ ਨੂੰ ਅਮਰਤ ਪੰਜਾ ਪਿਆਰਿਆਂ ਨੇ ਸ਼ਕਾਇਆ ਤੇ ਸਹਿਪੁਰ ਕਲਕੀਤੌਰ ਪਾਤਸ਼ਾਹੀ ਅਮਰਤ ਛਕ ਕੇ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਭਾਈ ਜੈਤਾ ਜੀ ਅਮਰਤ ਛਕ ਕੇ ਭਾਈ ਜੈਤਾ ਜੀ ਤੋਂ ਜੀਵਨ ਸਿੰਘ ਜੀ ਬਣੇ ਇਸ ਕਰਕੇ ਇਹ ਜਿਹੜਾ ਇਤਿਹਾਸ ਹੈ ਕੁਰਬਾਨੀਆਂ ਨੇ ਸਤਿਗੁਰੂ ਦੀਆਂ ਮਿਹਰਬਾਨੀਆਂ ਨੇ ਅਸੀਂ ਓਖਾਂ ਅੱਖਾਂ ਤੋਂ ਪਰੋਖੇ ਕਰੀ ਜਾ ਰਹੇ ਹਾਂ ਹੁਣ ਆਪਾਂ ਜੇ ਦੇਖੀਏ ਝਾਤ ਮਾਰੀਏ ਤੇ ਅੱਜ ਦੇ ਹਾਲਾਤ ਕੀ ਨੇ ਸਾਡੇ ਬੱਚੇ ਗੁਰਦੁਆਰੇ ਜਾਣੋਂ ਬਹੁਤ ਕੋਤਾਈ ਕਰਦੇ ਨੇ ਝੱਕਦੇ ਨੇ ਗੁਰਦੁਆਰੇ ਜਾਣ ਤੋਂ ਬੱਚੇ ਬਾਣੀ ਬਾਣਾ ਨੇਤ੍ਰੇਮ અમૃત વેળા ખુલી ਜਾ ਰਹੇ ਨੇ ਕਿਉਂਕਿ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ ਜਿੰਨਾ ਕਮਜ਼ੋਰੀਆਂ ਦਾ ਕਰਕੇ ਬੱਚੇ ਗੁਰੂ ਸੇਖੀ ਤੋਂ ਪਰੇ ਜਾ ਰਹੇ ਨੇ ਹੁਣ ਦੇਖੀਏ ਕਿ ਗੁਰਦੁਆਰਾ ਸਾਹਿਬ ਜੋ ਹੈ ਜਿਹੜਾ ਵੀ ਗੁਰਦੁਆਰਾ ਸਾਹਿਬ ਇਹ ਸਾਡੇ ਧਰਮ ਪ੍ਰਚਾਰ ਵਾਸਤੇ ਬਣੇ ਹੋਏ ਨੇ ਚੰਗੇ ਪ੍ਰਚਾਰਕ ਚੰਗੇ ਵਿਦਵਾਨ ਆਉਣ ਤਾਂ ਕੋਈ ਸਮਾਸੀ ਕੇ ਸਿੱਖ ਪੰਥ ਜਿਹੜਾ ਸੀ ਉਹਨਾਂ ਦੇ ਆਗੂ ਜਿਹੜੇ ਸਨ ਉਹ ਬੜੇ ਹੀ ਨਰਪੈ ਨਰਵਾਇਰ ਤੇ ਅਣਖੀ ਹੁੰਦੇ ਸਨ ਤਾਂ ਉਹਨਾਂ ਨੂੰ ਕੋਈ ਲਾਲਚ ਕਿਸੇ ਕਿਸਮ ਦਾ ਨਹੀਂ ਸੀ ਹੁੰਦਾ ਜਿਸ ਵੇ ਗੁਰੂ ਨਾਨਕ ਦੇਵ ਜੀ ਮੁਗਲ ਸਕਾਰ ਵੱਲੋਂ ਨਵਾਬੀ ਭੇਜੀ ਗਈ ਨਵਾਬੀ ਤਾਂ ਪੰਥ ਨੇ ਵਿਚਾਰ ਕੀਤਾ ਕਿ ਜੇ ਸਾਨੂੰ ਨਵਾਬੀ ਆਈ ਹੈ ਗੁਰੂ ਨਾਨਕ ਦੇ ਦਰ ਦੇ ਦਰਤੇ ਚੱਲ ਕੇ ਆਈ ਹੈ ਤੇ ਇਹਨੂੰ ਲੈ ਲੈਣਾ ਚਾਹੀਦਾ ਵਿਚਾਰਾ ਹੁੰਦੀਆਂ ਰਹੀਆਂ ਤੇ ਆਖੀਰ ਇਹ ਫੈਸਲਾ ਹੋ ਗਿਆ ਪਿਛਲੇ ਗੁਰੂ ਨਾਨਕ ਦੇ ਦਰ ਤੇ ਆਪ ਹੀ ਨਵਾਬੀ ਆਈ ਹੈ ਤੇ ਨਵਾਬੀ ਲਈ ਜਾਵੇ ਫਿਰ ਵਿਚਾਰ ਇਹ ਹੋਇਆ ਕਿ ਕਿਹੜੇ ਸਿੱਖ ਨੂੰ ਨਵਾਬੀ ਦਿੱਤੀ ਜਾਵੇ ਸਾਰੇ ਪਾਸੇ ਸਲਾਹ ਮਸ਼ਵਰਾ ਹੁੰਦਿਆਂ ਹੋਇਆਂ ਗੱਲ ਪਹੁੰਚ ਗਈ ਭਾਈ ਸਾਹਿਬ ਕਪੂਰ ਸਿੰਘ ਜੀ ਅੱਗੇ ਭਾਈ ਕਪੂਰ ਸਿੰਘ ਘੋੜਿਆਂ ਦੀ ਲਿੱਦ ਹਟਾਉਂਦੇ ਹੋਇਆ ਕਰਦੇ ਸਨ ਸੰਤਾਂ ਦੇ ਜੋੜਿਆਂ ਦੀ ਸੇਵਾ ਕਰਦੇ ਸਨ ਸੰਤਾਂ ਦੇ ਪੱਖੇ ਦੀ ਸੇਵਾ ਕਰਦੇ ਸਨ ਕਪੂਰ ਸਿੰਘ ਜੀ ਨੂੰ ਜਾ ਕੇ ਬੇਨਤੀ ਕੀਤੀ ਸਿੱਖਾਂ ਨੇ ਕਿ ਭਾਈ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਨਵਾਬੀ ਆਈ ਹੈ ਤੇ ਇਸ ਨਵਾਬੀ ਦਾ ਖਿਤਾਬ ਜਿਹੜਾ ਇਹ ਪੰਥ ਨੇ ਤੇ ਸਾਰੇ ਰਲ ਕੇ ਜਥੇ ਨੇ ਵਿਚਾਰ ਕੀਤਾ ਕਿ ਇਹ ਨਵਾਬੀ ਜਿਹੜੀ ਹੈ ਆਪ ਜੀ ਦੀ ਝੋਲੀ ਪਾਈ ਜਾਵੇ ਕਪੂਰ ਸਿੰਘ ਉਹਨਾਂ ਨੇ ਨਾ ਕਰ ਦਿੱਤੀ ਕਹਿਣ ਲੱਗੇ ਨਹੀਂ ਮੈਨੂੰ ਨਵਾਬੀ ਨਹੀਂ ਚਾਹੀਦੀ ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਘੋੜਿਆਂ ਦੀ ਸੇਵਾ ਸੰਤਾਂ ਦੇ ਜੋੜਿਆਂ ਦੀ ਸੇਵਾ ਸੰਗਤ ਦੇ ਜੂਟੇ ਪੱਤਰਾਂ ਦੀ ਸੇਵਾ ਤੇ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਹੀ ਬਖਸ਼ੀ ਰਹਿਣ ਦਿਓ ਮੈਂ ਹੋਰ ਕੋਈ ਸੇਵਾ ਨਹੀਂ ਲੈਣੀ ਸਿੱਖ ਪੰਥ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਸੁਣਾਉਂਦਿਆਂ ਉਹਨਾਂ ਆਏ ਗੱਲ ਕਹੀ ਕਿ ਨਹੀਂ ਇਹ ਸਾਡੇ ਪੰਜਾਂ ਸਿੰਘਾਂ ਦਾ ਹੁਕਮ ਹੈ ਜੇ ਗੁਰੂ ਕਲਗੀਧਰ ਪਾਤਸ਼ਾਹ ਪੰਜਾ ਸਿੰਘ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਤੋਂ ਤਾਰੀ ਮਾਰ ਕੇ ਜਾ ਸਕਦੇ ਸਨ ਇਹ ਕਹਿ ਕੇ ਜਾ ਸਕਦੇ ਸਨ ਕਿ ਗੋਬਿੰਦ ਸਿੰਘ ਚੱਲਿਆ ਜਿਹਦੇ ਚ ਤਾਕਤਾਂ ਕੇ ਪਕੜ ਲਓ ਫਿਰ ਅਸੀਂ ਵੀ ਪੰਜਾ ਸਿੰਘਾਂ ਦੇ ਹੁਕਮ ਨਾਲ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਜੋ ਹੁਕਮ ਹੈ ਇਹ ਇਹੀ ਚਾਹੁੰਦਾ ਹੈ ਕਿ ਨਵਾਬੀ ਜਿਹੜੀ ਹੈ ਇਹ ਭਾਈ ਸਾਹਿਬ ਪੈ ਕਪੂਰ ਸਿੰਘ ਨੂੰ ਦਿੱਤੀ ਜਾਵੇ ਕਪੂਰ ਸਿੰਘ ਨੇ ਪੰਥ ਦਾ ਹੁਕਮ ਮੰਨਿਆ ਇਹ ਇਹ ਗੱਲ ਕਹੀ ਕਿ ਚਲੋ ਮੈਂ ਜੋ ਪੰਥ ਕਹਿੰਦਾ ਜੋ ਪੰਥ ਹੁਕਮ ਕਰਦਾ ਮੇਰੇ ਸਿਰ ਮੱਤੇ ਪਰ ਘੋੜਿਆਂ ਦੀ ਲੇਦ ਦੀ ਜਿਹੀ ਦੀ ਸੇਵਾ ਸੰਗਤਾਂ ਦੇ ਬਰਤਨ ਸਾਫ਼ ਕਰਨ ਦੀ ਸੇਵਾ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਸੰਗਤਾਂ ਦਾ ਪੱਖਾ ਚਲਣ ਦੀ ਸੇਵਾ ਜਿਹੜੀ ਹੈ ਇਹ ਮੇਰੇ ਤੋਂ ਨਾ ਖੋਈ ਜਾਵੇ ਸੋ ਹੁਕਮ ਹੋਇਆ ਕਿ ਸਾਰੀਆਂ ਸੇਵਾਵਾਂ ਤੁਹਾਡੇ ਕੋਈ ਰਹਿਣਗੀਆਂ ਪਰ ਨਵਾਬੀ ਜਿਹੜੀ ਹੈ ਇਹ ਖਿਤਾਬ ਤੁਹਾਨੂੰ ਕੋ ਜਾਵੇਗਾ ਉਦੋਂ ਸਮੇ ਇਹੋ ਜੇ ਹੀ ਕਿ ਨਵਾਬੀਆਂ ਤੱਕ ਸਿੰਘ ਠਗਰਾ ਦਿੰਦੇ ਸਨ ਫਿਰ ਭਾਈ ਮੱਨਾ ਸਿੰਘ ਜੀ ਗੁਰੂ ਘਰ ਦੇ ਮੁੱਖ ਗ੍ਰੰਥੀ ਹੋਇਆ ਕਰਦੇ ਸਨ ਸਾਬ ਗੁਰੂ ਘਰ ਕ ਮਹਾਰਾਜ ਦੀ ਸੇਵਾ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮੰਨਤ ਸਿੰਘ ਜੀ ਮਿੱਟੀ ਦੇ ਭਾਂਡਿਆਂ 'ਚ ਰੋਟੀ ਖਾਂਦੇ ਨੇ ਪ੍ਰਸ਼ਾਦਾ ਛਕਦੇ ਨੇ ਲੰਗਰ ਛਕਦੇ ਨੇ ਤੇ ਮੇਰੇ ਬਾਦਸ਼ਾਹ ਹੁੰਦੇ ਆ ਇਹ ਮਿੱਟੀ ਦੇ ਭਾਂਡਿਆਂ 'ਚ ਭੋਜਨ ਕਰਨ ਇਹ ਤਾਂ ਠੀਕ ਨਹੀਂ ਮਹਾਰਾਜਾ ਰਣਜੀਤ ਸਿੰਘ ਜੀ ਸੋਨੇ ਦੇ ਬਰਤਨ ਬਣਾ ਕੇ ਜੇ ਲਾਹੌਰੋਂ ਤੁਰੇ ਤੇ ਭਾਈ ਮੰਨਤ ਸਿੰਘ ਨੂੰ ਪਤਾ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਸੋਨੇ ਦੇ ਭਾਂਡੇ ਲੈ ਕੇ ਆ ਰਹੇ ਨੇ ਉਹਨਾਂ ਨੇ ਦਰਵਾజా ਬੰਦ ਕਰ ਲਿਆ ਮਹਾਰਾਜਾ ਨਜੀਰ ਸਿੰਘ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਭਾਈ ਮਨਨਾ ਸਿੰਘ ਜੀ ਨੇ ਮਨਸਾ ਸਿੰਘ ਜੀ ਨੇ ਇਹ ਤਾਂ ਦਰਵਾజా ਬੰਦ ਕਰ ਲਿਆ ਭਾਈ ਮਨਸਾ ਸਿੰਘ ਜੀ ਨੂੰ ਆਵਾਜ਼ ਦਿੱਤੀ ਮਹਾਰਾਜਾ ਨਜੀਰ ਸਿੰਘ ਨੇ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਆਪ ਜੀ ਕਿਰਪਾ ਕਰੋ ਦਰਵਾజా ਖੋਲੋ ਮੈਂ ਆਪ ਜੀ ਵਾਸਤੇ ਤੁਛ ਭੇਟ ਲੈ ਕੇ ਆਇਆ ਤੈਨੂੰ ਮਨਜ਼ੂਰ ਕਰੋ ਪੈਸਾ ਭਾਈ ਮਨਸਾਸੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਦਰੋਂ ਆਵਾਜ਼ ਦੇ ਕੇ ਗਿਆ ਵੀ ਮਹਾਰਾਜਾ ਸਾਹਿਬ ਤੁਹਾਨੂੰ ਇਹ ਰਾਜ ਇਹ ਤਾਕਤ ਇਹ ਕਿਸ ਨੇ ਬਖਸ਼ੀ ਹੈ ਕਹਿੰਦੇ ਭਾਈ ਸਾਹਿਬ ਜੀ ਮੈਨੂੰ ਤੇ ਧੰਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਹੈ ਸਭ ਕੁਝ ਤੇ ਕਹਿਣ ਲੱਗੇ ਵੀ ਬਸ ਫੇ ਮਹਾਰਾਜਾ ਸਾਹਿਬ ਇਹ ਤੁਹਾਨੂੰ ਇਹ ਰਾਜ ਭਾਗ ਇਹਨਾਂ ਕੁਝ ਤਨਗੁਰ ਰਾਮਦਾਸ ਜੀ ਨੇ ਦਿੱਤਾ ਤੇ ਕਿ ਮੈਨੂੰ ਗੁਰੂ ਰਾਮਦਾਸ ਜੀ ਇਹ ਕੋਈ ਸੇਵਾ ਨਾ ਦੇਣਗੇ ਇਸ ਕਰਕੇ ਤੁਸੀਂ ਚਲੇ ਜਾਓ ਮੈਨੂੰ ਇਹ ਨਾ ਤੁਹਾਡੀ ਭੇਟਾ ਦੀ ਲੋੜ ਨਹੀਂ ਉਦੋਂ ਸੰਗ ਇਹੋ ਜੇ ਸਨ ਪਰ ਅਸੀਂ ਅੱਜ ਛੋਟੀਆਂ-ਛੋਟੀਆਂ ਲੀਡਰੀਆਂ ਕਰਕੇ ਪਦਮੀਆਂ ਕਰਕੇ ਸੈਕਟਰੀ, ਪ੍ਰਧਾਨ, ਖਜ਼ਾਨਚੀ, ਚੇਅਰਮੈਨ ਇਹਨਾਂ ਕਰਕੇ ਅਸੀਂ ਗੁਰਦੁਆਰਿਆਂ 'ਚ ਝਗੜੇ ਕਰਦੇ ਆ ਜੋੜੇ ਲੈ ਕੇ ਪੁਲਿਸ ਅੰਦਰ ਚਲ ਜਾਂਦੀ ਹੈ ਉਹ ਪੁਲਿਸ ਅੰਦਰ ਚੋੜੇ ਲੈ ਕੇ ਕਿਉਂ ਜਾਂਦੀ ਹੈ ਉਹ ਕੇਵਲ ਤਾਂ ਕੇਵਲ ਇਸੇ ਕਰਕੇ ਕਿ ਸਾਡੀ ਗਲਤੀਆਂ ਕਰਕੇ ਜਦੋਂ ਅਸੀਂ ਦੀਵਾਨ ਹਾਲ ਦੇ ਵਿੱਚ ਕਿਰਪਾ ਨੂੰ ਕਿਰਪਾਨੀ ਸਿਰਾਂ ਤੋਂ ਪੱਖਾਂ ਪੱਗਾ ਲਾਚ ਜਾਂਦੀਆਂ ਨੇ ਲੌਲਵਾਦ ਹੋ ਜਾਂਦੇ ਆ ਉਦੋਂ ਫੇ ਪੁਲਿਸ ਨੂੰ ਜੁੱਤੀਆਂ ਲੈ ਕੇ ਤੇ ਦੀਵਾਨ ਹਾਲ ਵਿੱਚ ਆਉਣਾ ਪड़ਦਾ ਸੋ ਇਸ ਕਰਕੇ ਇਹ ਸਾਡੀ ਆਪਣੀ ਸੋਚ ਇਹ ਸੋਚ ਤਾਂ ਹੀ ਕਰ ਸਕਦੀ ਹੈ ਕਿਉਂਕਿ ਕੋਈ ਵੀ ਕੌਮ ਹੋਰ ਗੁਰਦੁਆਰਿਆਂ 'ਚ ਦਖਲ ਨਹੀਂ ਦੇਂਦੀ। ਨਾ ਕੋ ਮੁਸਲਮਾਨ ਦਖਲ ਦਿੰਦਾ ਗੁਰਦੁਆਰਿਆਂ 'ਚ, ਨਾ ਕੋ ਹਿੰਦੂ ਗੁਰਦੁਆਰਿਆਂ 'ਚ ਦਖਲ ਦਿੰਦਾ, ਨਾ ਕੋ ਐਸਾਈ ਗੁਰਦੁਆਰਿਆਂ 'ਚ ਦਖਲ ਦਿੰਦਾ। ਗੁਰਦੁਆਰੇ ਤੇ ਅਸੀਂ ਜਾਣੇ ਆਂ, ਗੁਰਦੁਆਰੇ ਅਸੀਂ ਸੇਵਾ ਕਰਦੇ ਆਂ, ਗੁਰਦੁਆਰੇ 'ਚ ਸਾਡੇ ਹੀ ਪ੍ਰਬੰਧ ਨੇ। ਗੁਰਦੁਆਰਿਆਂ 'ਚ ਹੋਰ ਕੋਈ ਕੌਮ ਦਖਲ ਨਹੀਂ ਦੇਂਦੀ, ਦਖਲ ਦੇਣ ਤੇ ਅਸੀਂ ਆਪ ਇੱਕ ਦੂਜੇ ਨੂੰ ਦਖਲ ਦੇ ਕੇ ਇੱਕ ਦੂਜੇ ਨੂੰ ਨੀਵਾ ਬਖਾਲ ਕੇ ਏ ਅੱਗੇ ਨਾ ਆ ਜਾਵੇ ਮੈਂ ਅੱਗੇ ਆਵਾਂ ਇਹਦੀ ਚੌਧਰ ਹੋਵੇ ਮੇਰੀ ਚੌਧਰ ਹੋਵੇ ਇਹਨਾਂ ਚੌਧਰਾਂ ਦੇ ਵਿੱਚ ਹੀ ਇਹ ਸਾਰਾ ਹੀ ਕੁਝ ਗਰ ਕੋਈ ਯਾਰਿਆ ਸੋ ਇਸ ਕਰਕੇ ਅੱਜ ਸਮੇਂ ਦੀ ਲੋੜ ਹੈ ਸਮੇਂ ਨੂੰ ਪਛਾਣਨ ਦੀ ਲੋੜ ਹੈ ਆਪਣੇ ਬੱਚੇ ਤਾਂ ਹੀ ਹੁਣ ਇਸੇ ਕਰਕੇ ਬੱਚੇ ਜਿਹੜੇ ਨੇ ਗੁਰਦੁਆਰਾ ਸਾਹਿਬ ਆਉਣ ਤੋਂ ਚਿੱਚਕਦੇ ਨੇ ਉਹ ਸਵਾਲ ਵੀ ਕਰਦੇ ਨੇ ਕਿ ਗੁਰਦੁਆਰਾ ਸਾਹਿਬ 'ਚ ਹੁੰਦਾ ਕੀ ਹੈ ਸੋ ਇਸ ਕਰਕੇ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਬੱਚੇ ਬਾਣੀ ਬਾਣੇ ਨਾਲ ਜੁੜੇ ਰਹਿਣ ਨੇਤ ਨੇ ਅੰਦਰ ਜੋੜੇ ਰਹਿਣ ਅੰਮ੍ਰਿਤ ਵੇਲੇ ਰਾਂ ਜੁੜੇ ਰਹਿਣ ਅੰਮ੍ਰਿਤ ਵੇਲੇ ਸਾਹਮ ਲੈਣ ਨੇਤ ਰੇਨ ਸਾਹਮ ਲੈਣ ਬਾਣੀ ਤੇ ਬਾਣਾ ਸਾਹਮ ਲੈਣ ਸੋ ਇਸ ਕਰਕੇ ਅਸੀਂ ਤਾਂ ਹੀ ਕਾਮਯਾਬ ਹੋ ਸਕਦੇ ਆ ਜੇ ਸਾਡੀ ਆਉਣ ਵਾਲੀ ਪੀੜ੍ਹੀ ਗੁਰਸਿੱਖੀ ਨਾਲ ਜੁੜੇ ਬਾਣੀ ਤੇ ਬਾਣੇ ਨਾਲ ਜੁੜੇ ਅੰਮ੍ਰਿਤ ਵੇਲੇ ਤੇ ਨਿਤਨੇਮ ਨਾਲ ਜੁੜੇ ਸੋ ਇਹ ਅੱਜ ਦੇ ਯੁੱਗ ਵਿੱਚ ਅੱਜ ਦੇ ਸਮੇਂ ਨੂੰ ਮੁਖ ਰਾਕੇ ਗੁਰਦੁਆਰਾ ਨਾਨਕ ਸਿੱਖ ਟੈਂਪਲ ਦੇ ਹੈਡ ਗ੍ਰੰਥੀ ਭਾਈ ਸਾਹ ਪਾਈ ਹਰਜੀਤ ਸਿੰਘ ਜੀ ਸਰਬਾ ਕਾਲ ਜੋ ਸਕੂਲ ਹੈ ਸਰਬਾ ਕਾਲ ਜੋ ਕੀਰਤਨ ਦੀ ਸੇਵਾ ਕਰ ਰਹੇ ਨੇ ਬੱਚਿਆਂ ਨੂੰ ਕੀਰਤਨ ਸਿਖਾ ਰਹੇ ਨੇ ਬਾਣੀ ਸਿਖਾ ਰਹੇ ਨੇ ਬਾਣੀ ਦਾ ਸੁੱਧ ਪਾਠ ਕਰਨਾ ਸਿਖਾ ਰਹੇ ਨੇ ਤਬਲਾਸ ਖਾਰ ਰਹੇ ਨੇ ਵਾਇਲਨਸ ਖਾਰ ਰਹੇ ਨੇ ਹਾਰਮੋਨੀਅਮ ਖਾਰ ਰਹੇ ਨੇ ਇਹ ਜਿਹੜੀ ਸੇਵਾ ਇਹਨਸ ਕੰਮ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕਿ ਜਿਹੜਾ ਇਸ ਉਪਰਾਲੇ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ ਪੰਥ ਦੀ ਸੇਵਾ ਸੰਗਤਾਂ ਦੀ ਸੇਵਾ ਤੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਅੰਮ੍ਰਿਤ ਵੇਲੇ ਨਾਲ ਜੋੜ ਰਹੇ ਨੇ ਸੋਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਪਾਈ ਸਾਹਿਬ ਦੀ ਸੇਵਾ ਜਿਹੜੀ ਆ ਇਹ ਪ੍ਰਵਾਨ ਕਰਨ ਇਹਨਾਂ ਬਾਝੜ ਕੇ ਉਦਮ ਤੇ ਉਚਾ ਬਖਸ਼ਿਸ਼ ਕਰਨ ਕਿ ਜਿਹੜੇ ਇਸੇ ਤਰ੍ਹਾਂ ਹੀ ਇਹ ਅਕਾਲ ਸਰਬਕਾਲ ਦੇ ਨਾਲ ਸਰਬਕਾਲ ਰਾਹੀਂ ਸਰਬਕਾਲ ਨਾਲ ਜੋੜੀ ਰੱਖਣ ਇਹਨਾਂ ਬੱਚਿਆਂ ਨੂੰ ਤੇ ਬੱਚੇ ਵੀ ਸਦਾ ਗੁਰੂ ਨਾਨਕ ਦੇ ਦਰ ਨਾਲ ਜੁੜੇ ਰਹਿਣ ਸੋ ਆਓ ਮੇਰੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਜੇ ਕੋਈ ਕਿਸੇ ਦੇ ਬੋਲਿਆ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤੇ ਬੱਚਾ ਜਾਣ ਕੇ ਅਣਜਾਣ ਜਾਣ ਕੇ ਮਾਫ ਕਰਨਾ ਕਿਉਂ ਇਹ ਅਥਾ ਪ੍ਰਵਾਹ ਹੈ ਬਾਣੀ ਦਾ ਇਤਿਹਾਸ ਦਾ ਪ੍ਰਵਾਹ ਹੈ ਇਹ ਸਮੁੰਦਰ ਹੈ ਸੋ ਇਸ ਕਰਕੇ ਬੋਲਦਿਆਂ ਅਨੇਕਾਂ ਗਲਤੀਆਂ ਹੋ ਜਾਂਦੇ ਨੇ ਬੰਦੇ ਕੋਲ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਅਭੁੱਲ ਤੇ ਪ੍ਰਮਾਤਮਾ ਹੀ ਆ ਅਨਸਾਨ ਤੇ ਹਰ ਵੇਲੇ ਭੁੱਲਦਾ ਹੀ ਆ ਭੁੱਲਾਂ ਹੀ ਕਰਦਾ ਸੋ ਉਹ ਭੁੱਲਾਂ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ